ਫਗਵਾੜਾ ਦੇ ਪਲਾਹੀ ਗੇਟ ਵਿਖੇ ਉਸ ਸਮੇਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਦ ਇੱਥੇ ਰਹਿੰਦੇ ਇੱਕ ਵਿਅਕਤੀ ਦੇ ਘਰ ਤੇ ਕੁਝ ਨਕਾਬਪੋਸ਼ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕੁਝ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਨੇ ਤੇ ਹੱਥਾਂ ਵਿੱਚ ਹਥਿਆਰ ਨੇ ਉਕਤ ਵਿਅਕਤੀ ਦੇ ਘਰ ਜਾ ਰਹੇ ਨੇ। ਇਸ ਸੰਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ। ਉਹਨਾਂ ਨੇ ਹਮਲਾਵਰਾਂ ਤੋਂ ਮਸਾਂ ਆਪਣੀ ਜਾਨ ਬਚਾਈ। ਪਰਿਵਾਰ ਨੇ ਪ੍ਰਸ਼ਾਸਨ ਅੱਗੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹਾਂਜੀ, ਮੇਰੇ ਬੱਚੇ ਸੀ ਜਿਨ੍ਹਾਂ ਤੇ ਹਮਲਾ ਕਰਨਾ, ਇਹ ਤਾਂ ਅਸੀਂ ਖੁੰਡੇ ਲਾ ਕੇ ਬਚੇ ਹਾਂ। ਕੌਣ ਵਿਅਕਤੀ ਸੀਗੇ ਜੇ? ਪਤਾ ਨਹੀਂ, ਡੱਬੂ ਕਹਿੰਦੇ ਆ ਉਹਨੂੰ, ਪੰਡਿਤ ਕਹਿੰਦੇ ਆ, ਹੋਰ ਦਾ ਪਤਾ ਨਹੀਂ ਕੌਣ ਆ। ਕਾਤੇ ਆਏ ਸੀ? 10 ਜਣੇ ਸੀਗੇ, ਦਾਤ ਕਿਰਪਾਨਾਂ ਫੜੇ ਸੀ, ਦਗੜਾਸੇ ਜੇ ਫੜੇ ਸੀ। ਅਸੀਂ ਸੀਗੇ ਦੋਨੇ ਤੀਵੀਂ ਆਦਮੀ, ਕੁੰਡੇ ਲਾ ਕੇ ਬਚੇ ਹਾਂ ਅਸੀਂ। ਦਾਤ ਮਾਰਦੇ ਸੀ ਗੋਹਿਆਂ ਦੇ ਉੱਤੇ। ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ? ਕੈਮਰੇ ਦਾ ਪਤਾ ਨਹੀਂ, ਉਹਨਾਂ ਨੂੰ ਪਤਾ ਹੋਊਗਾ ਪੁਲਿਸ ਨਹੀਂ। ਤੁਸੀਂ ਦੇਖੇ ਕੈਮਰੇ 'ਚ? ਕੈਮਰੇ ਕੀਤੇ ਦੇਖੇ ਅਸੀਂ ਕੈਮਰੇ 'ਚ, ਤਾਂ ਇੱਥੇ ਵੀ ਦੇਖੇ ਆ ਤਾਕੀ ਥਾਣੀ। ਕਿੰਨੇ ਕੁ ਵਿਅਕਤੀ ਦੀ? 10-12 ਜਣੇ ਸੀਗੇ। ਮੂੰਹ ਵਗੈਰਾ ਲਪੇਟੇ ਹੋਏ ਸੀ ਜਾਂ? ਮੂੰਹ ਲਪੇਟੇ, 3 ਜਣਿਆਂ ਨਹੀਂ ਸੀ ਲਪੇਟੇ। ਅੱਛਾ, ਇਹਨਾਂ ਦੇ ਅੰਦਰ ਆਉਣ ਲੱਗੇ ਸੀ, ਇਹ ਕਹਿੰਦੇ ਇੱਟ ਮਾਰਨੀ ਆ, ਤਾਂ ਕਹਿੰਦੇ ਮਾਤਾ ਮਾਰਿਓ। ਪਤਾ ਨਹੀਂ ਪਹਿਲਾਂ ਉਹ ਸਿੱਧੇ ਲੰਘ ਗਏ ਮੁੰਡੇ, ਅੱਗੋਂ ਫਿਰ ਆਏ ਕਹਿੰਦੇ ਪਾਟੇ ਦਾ ਘਰ ਕੇ ਰਾਤ ਦਾਤ ਮਾਰਨ ਲੱਗ ਗਏ ਜ਼ੋਰ ਜ਼ੋਰ ਦੀ। ਉਹਨਾਂ ਨੇ ਪੀੜੇ ਪਰਨੇ ਨਾਲ ਮੂੰਹ ਲਪੇਟੇ ਤਾਂ ਉਹਨੂੰ, ਮੈਂ ਕਿਹਾ ਤੁਸੀਂ ਦਰਜੇ ਨਾ ਭੰਨੋ, ਉੱਤੋਂ ਇੱਟ ਚੱਕ ਲਈਆਂ ਦੋ। ਮੈਂ ਕਿਹਾ ਉੱਤੋਂ ਤੁਹਾਡੇ ਇੱਟ ਮਾਰਨੀ ਆ, ਕਹਿੰਦੇ ਜੇ ਤੁਸੀਂ ਇੱਟ ਮਾਰੀ ਤਾਂ ਅਸੀਂ ਦਰਜਾ ਤੋੜ ਕੇ ਉੱਪਰ ਆ ਜਾਣਾ। ਕਿੰਨੇ ਵਿਅਕਤੀ ਸੀਗੇ? ਹੈਗੇ 10-12 ਜਣੇ। ਅੱਜ ਤੋਂ ਕੋਈ 5-6 ਦਿਨ ਪਹਿਲਾਂ ਇਹ ਬੰਦੇ ਜਿਹੜੇ ਹਮਲਾ ਕਰਨ ਆਏ ਸੀ, ਇਹਨਾਂ ਦੇ ਵਿੱਚੋਂ ਚੋਰ ਫੜਿਆ ਗਿਆ। ਉਹਨੇ ਆਪਣੇ ਆਪਣੇ ਛਡਾਉਣ ਦੀ ਖਾਤਰ ਆਪਣੇ ਬੰਦੇ ਹੋਰ ਸੱਦ ਕੇ ਉਹ ਛਡਵਾ ਕੇ ਚੱਲੇ। ਉਸੇ ਮੁੱਖ ਨੂੰ, ਰੰਜਿਸ਼ ਨੂੰ ਮੁੱਖ ਰੱਖਦੇ ਹੋਏ ਮੇਰੇ ਘਰ 'ਤੇ ਹਮਲਾ ਕੀਤਾ, ਮੇਰੇ ਮੁੰਡੇ ਦੇ ਨਾਂ ਲੈ ਕੇ। ਅਤੇ ਕਰਿਆਨੇ ਉੱਥੇ ਦੁਕਾਨ ਆ ਉਹਨਾਂ ਨੇ ਸਲੂਨ ਦੀ, ਉੱਥੇ ਅੱਜ ਅਸੀਂ ਆਪਣੇ ਅੰਦਰ ਜਾਨ ਲੁਕੋ ਕੁੰਡੇ ਲਾ ਕੇ ਆਪਣੀ ਜਾਨ ਬਚਾਈ ਹੈ। ਜਿਹੜਾ ਸਲੂਨ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜੀ, 4-5 ਦਿਨ ਪਹਿਲਾਂ, ਇਹਨਾਂ ਨੇ ਕੀਤਾ? ਇਹਨਾਂ ਨੇ ਕੀਤਾ। ਇਹ ਚੋਰ ਵੀ ਆ ਸਾਡੇ ਮੁਹੱਲੇ ਦੇ ਵਿੱਚ, ਸਮੈਕ ਵੀ ਇਹ ਵਿੱਚ ਪਕਾਉਂਦੇ ਆ ਅਤੇ ਦਾਰੂ ਵੀ ਪਕਾਉਂਦੇ ਆ। ਇਹਨਾਂ ਤੋਂ ਸਾਰਾ ਮੁਹੱਲੇ ਦੇ ਵਿੱਚ ਦਹਿਸ਼ਤ ਪਾਈ ਜਾਂਦੀ ਹੈ। ਇੰਨੀ ਛੱਡ ਗੱਲ ਦੀ, ਮੈਨੂੰ ਪਹਿਲਾਂ ਹੀ ਅਟੈਕ ਹੋਇਆ ਜੀ, ਅਤੇ ਮੈਂ ਬਿਮਾਰ ਬੰਦਾ ਹਾਂ ਔਰ ਮੈਂ ਅੰਦਰ ਕੁੰਡਾ ਲਾ ਕੇ ਆਪਣੀ ਜਾਨ ਬਚਾਈ ਹੈ। ਅਤੇ ਕਿੰਨੇ ਵਿਅਕਤੀ ਆਏ ਸੀਗੇ? ਇਹ ਘੱਟੋ ਘੱਟ ਨਹੀਂ ਤਾਂ 15-16 ਬੰਦੇ ਸੀਗੇ ਜੀ, ਮੂੰਹ ਬੰਨੇ ਹੋਏ ਸੀਗੇ ਜੀ, ਜਿਹਨਾਂ ਦੇ ਵਿੱਚ 7 ਨੰਬਰ ਗਲੀ 1 ਰਹਿੰਦਾ, ਇੱਕ ਸੀਗਾ ਭੱਲਾ ਇਹ ਮੁੰਡਾ ਸੀਗਾ, ਅਤੇ ਇਹ ਕਾਫੀ ਇਹਨਾਂ ਨੇ ਦਹਿਸ਼ਤ ਕਾਫੀ ਆ ਜੀ। ਆਏ ਕਿੰਨੇ ਕਾਤੇ ਸੀਗੇ? ਮੋਟਰਸਾਈਕਲਾਂ 'ਤੇ ਆਏ ਆ, ਇਹਨਾਂ ਦੇ ਹੱਥ ਹਥਿਆਰ ਬਹੁਤ ਤਿੱਖੇ ਹਥਿਆਰ ਸੀ, ਜਦਕਿ ਮੈਂ ਆਪਣੇ ਅੰਦਰ ਕੁੰਡਾ ਲਾ ਕੇ ਜਾਣ ਬਚ ਜਾਈ ਹੈ। ਇਹ ਕਿੰਨੇ ਕੁ ਵਜੇ ਹੋਇਆ ਹਮਲਾ? ਇਹ 6:30 ਵਜੇ ਟਾਈਮ ਆ ਜੀ। ਮੈਂ ਉਸ ਵੇਲੇ 100 ਨੰਬਰ 'ਤੇ ਫੋਨ ਕੀਤਾ ਜੀ ਚੰਡੀਗੜ੍ਹ, ਉਹਨਾਂ ਨੇ ਪੁਲਿਸ ਨੂੰ ਭੇਜਿਆ, ਉਹਨਾਂ ਨੇ ਆ ਕੇ ਜਾਨ ਛੁਡਾਈ ਸਾਡੀ, ਬਚਾਈ। ਪੁਲਿਸ ਆਈ ਸੀ? ਸੀਟੀ ਕੈਮਰੇ ਵਿੱਚ ਪੁਲਿਸ ਆਈ ਹੈ? ਹਾਂਜੀ, ਪੁਲਿਸ ਆਈ ਜੀ, ਉਹ ਬਿਆਨ ਲੈ ਕੇ ਮੇਰੇ। ਕੈਮਰਿਆਂ 'ਚ ਆਏ? ਕੈਮਰੇ 'ਚ ਆਏ, ਨਜ਼ਰ ਆ ਰਹੇ ਕੈਮਰੇ? ਬਿਲਕੁਲ ਜੀ, ਕੈਮਰੇ ਸਾਫ ਨਜ਼ਰ, ਮੂੰਹ ਬੰਨੋ ਆ ਉਹਨਾਂ ਨੂੰ ਅਤੇ ਕੈਮਰੇ ਵਿੱਚ ਰੱਖ। ਕੀ ਮੰਗ ਰੱਖਦੇ ਹੋ? ਅਸੀਂ ਮੰਗ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਦੇ ਕੋਲ ਕਿ ਇਹਨਾਂ ਬੰਦਿਆਂ ਦੇ ਉੱਤੇ ਨਸ ਪਾਈ ਜਾਵੇ। ਸਾਡੇ ਮੁਹੱਲੇ ਦੇ ਵਿੱਚ ਜੋ ਦਹਿਸ਼ਤ ਪਾਈ ਹੋਇਆ ਇਹਨਾਂ ਨੇ, ਉਸ ਨੂੰ ਸਾਡੇ ਮੁਹੱਲੇ ਦੇ ਬੱਚਿਆਂ ਦੇ ਬਾਹਰ ਨਹੀਂ ਨਿਕਲ ਸਕਦੇ, ਇੰਨਾ ਕਿੰਨਾ ਦਹਿਸ਼ਤ ਪਾਈ ਹੋਇਆ। ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਪਰਚਾ ਕਰਕੇ ਅੰਦਰ ਸਿੱਟੇ ਜਾਓ। ਕੋਈ ਨਾਮ ਵਗੈਰਾ ਹੈ ਵਿਅਕਤੀਆਂ ਦੇ? ਬਾਕੀਆਂ ਦੇ ਅਸੀਂ 22 ਨੇਮ ਵੀ ਪਰਚਾ ਦਿੱਤੇ। ਨਹੀਂ, ਨਾਮ ਹੈ ਜਿਹਨਾਂ ਨੇ ਹਮਲਾ ਕੀਤਾ ਤੁਹਾਡੇ 'ਤੇ ਆ ਕੇ, ਕੋਈ ਨਾਮ ਨੂਮ ਹੈ? ਡੱਬੂ ਕਹਿੰਦੇ ਇੱਕ ਨੂੰ ਜੀ, ਅਤੇ ਇੱਕ ਨੂੰ ਜੈਲੇ ਦਾ ਮੁੰਡਾ ਜੀ। ਇਹ ਮੈਂ ਇਹਨਾਂ ਨਾਲ ਜਾਣਦਾ, ਸਾਹਮਣੇ ਆਉਣ 'ਤੇ ਪਛਾਣ ਸਕਦਾ। ਮਾਮਲਾ ਤਾਂ ਕੋਈ ਨਹੀਂ ਸੀਗਾ ਜੀ, ਇੱਥੇ ਉਸ ਆਏ ਆ ਸਾਡੇ ਅੰਦਰ ਵੜ ਗਏ ਆ, ਅਤੇ ਮੈਂ ਉਹਨੂੰ ਪੁੱਛਿਆ ਕੀ ਗੱਲ ਆ ਜੀ, 8-10 ਜਣੇ ਇਕੱਠੇ ਹੋ ਅਤੇ ਦਾਤ ਉਹਨਾਂ ਕੋਲ ਫੜਿਓ ਸੀਗੇ? ਕੋਈ ਪਹਿਚਾਣ ਵਗੈਰਾ ਹੈ? ਹਾਂਜੀ, ਪਛਾਣ ਇੱਕ ਦੋ ਬੰਦੇ ਦੀ, ਇੱਕ ਪੰਡਤ ਦਾ ਭੁੱਲ ਰਹੀ ਦਾ ਅਤੇ ਇੱਕ ਮੁੰਡਾ ਡੱਬੂ ਆ ਜੀ।
ਉਹ ਕਿੱਥੇ ਦਾ ਰਹਿਣ ਵਾਲਾ? ਡੱਡਾ ਮਹੱਲੇ ਦਾ ਰਹਿਣ ਵਾਲਾ ਜੀ। ਅੱਛਾ ਜੀ, ਇਹ ਲੜਾਈ ਦਾ ਕਾਰਨ ਕੀ ਹੈ? ਮਾਰਨ ਲੱਗੇ ਸੀ ਹਾਂਜੀ। ਕੱਲ ਹੀ ਮੰਗੀ ਲੜਾਈ? ਪਤਾ ਨਹੀਂ, ਸਾਡੀ ਤਾਂ ਗੱਲਬਾਤ ਨਹੀਂ, ਮੈਂ ਤਾਂ ਆਪਣੇ ਘਰ ਖੜਾ ਸੀਗਾ। ਅੱਛਾ ਜੀ। ਹਾਂਜੀ, ਉਹ ਆਣ ਕੇ ਸਾਡੇ ਤੋਂ ਕਮਰੇ 'ਚ ਵੜ ਕੇ ਮੈਂ ਪੁੱਛਿਆ, ਮੈਂ ਕਿਹਾ ਕੀ ਗੱਲ ਆਈ ਆ ਜੀ? ਉਹ ਪੈਦਲ ਸੀਗੇ ਜੀ, 8-10 ਜਣੇ ਸੀਗੇ ਉਹ। ਕੀ ਹਥਿਆਰ ਵਗੈਰਾ ਹੈ ਜੀ ਉਹਨਾਂ ਕੋਲ? ਗੜਾਸੇ ਸੀਗੇ ਜਿਹਨਾਂ ਨੂੰ ਪੱਠੇ ਕੁੱਥੇ ਦਾਤ ਲੱਗੇ ਹੁੰਦੇ ਆ ਜੀ। ਅੱਛਾ ਜੀ। ਹਾਂਜੀ, ਤੇ ਇੱਧਰ ਨੂੰ ਤੁਹਾਡੇ ਵੱਲ ਨੂੰ ਆ ਗਏ? ਹਾਂਜੀ ਹਾਂਜੀ, ਮੈਂ ਉੱਥੇ ਖੜਾ, ਮੈਂ ਪੁੱਛਿਆ ਕੀ ਗੱਲ ਹੋਈ, ਮੇਰੇ ਲੱਗਾ ਹੀ ਗੜਾਸਾ ਲੱਗਾ ਹੀ ਮਾਰ। ਤੇ ਪੁਲਿਸ ਕੰਪਲੇਂਟ ਕੀਤੀ? ਨਹੀਂ, ਪੁਲਿਸ ਕੰਪਲੇਂਟ ਉਹ ਤਾਂ ਪਾਲੀ ਗੜੀ 'ਚ ਕੀਤੀ ਉਹਨਾਂ ਨੇ ਜੀ, ਪੁਲਿਸ ਇੱਧਰ ਤਾਂ ਆਈ ਨਹੀਂ ਹੈਗੀ, ਮੈਂ ਨਹੀਂ ਕੀਤੀ, ਉਹ ਕਹਿੰਦੇ ਅਸੀਂ ਉੱਧਰ ਕੀਤੀ ਹੋਈ। ਉੱਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 4 ਵਿਅਕਤੀਆਂ ਖਿਲਾਫ ਬਾਈ ਨੇਮ ਤੇ ਬਾਕੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸਾਨੂੰ ਫੋਨ ਆਇਆ ਸੀ ਵੀ ਅਪਲਾਈ ਗੇਟ 7 ਨੰਬਰ 8 ਨੰਬਰ ਗਲੀ ਦੇ ਵਿੱਚ ਕੋਈ 8-10 ਬੰਦੇ ਜਿਹੜੇ ਆ ਹਥਿਆਰ ਲੈ ਕੇ ਘੁੰਮ ਰਹੇ ਆ, ਵੀ ਕਿਸੇ 'ਤੇ ਹਮਲਾ ਵੀ ਕਰ ਸਕਦੇ। ਜਿੱਥੇ ਵੀ ਅਸੀਂ ਦੌੜ ਕੇ ਆਏ ਹਾਂ, ਮਿੰਟੋ ਮਿੰਟੀ ਆਏ ਹਾਂ, ਤਾਂ ਇਹਨਾਂ ਦੇ ਘਰ ਆਣ ਕੇ ਆਪਾਂ ਇਹਨਾਂ ਦਾ ਬਿਆਨ ਹਾਸਲ ਕੀਤਾ ਆ ਵੀ ਇਹਨਾਂ ਦੇ ਘਰ ਹਮਲਾ ਕੀਤਾ ਆ। ਉਹਦੇ ਸੰਬੰਧੀ ਹੁਣ ਜੋ ਵੀ ਬਣਦੀ ਕਾਰਵਾਈ ਅਸੀਂ ਜਾ ਕੇ ਤਾਂ ਕਾਨੂੰਨੀ ਕਾਰਵਾਈ ਕਰ ਦਿੰਦੇ। ਕੋਈ ਸਰ CCTV ਕੈਮਰੇ 'ਚ ਆਏ ਹੁਣ? ਹਾਂਜੀ, ਲੈ ਲਈਆਂ ਫੋਟੋ 'ਚ ਆਪਾਂ, ਜਿਹੜੇ ਜਿਹੜੇ ਬੰਦੇ ਦੇ ਆ ਰਹੇ ਸੀ। ਕੋਈ ਪਹਿਚਾਣ ਵਗੈਰਾ ਹੋਈ? ਪਹਿਚਾਣ ਹੋਈ ਆ, ਉਹਨਾਂ ਨੇ 2 ਬੰਦੇ 4 ਬੰਦੇ ਦੇ ਨਾਂ ਵੀ ਲਿਖਾਏ ਬਾਈ ਨੇ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ।